ਕਿਰਪਾ ਕਰਨਗੇ ਸਾਰੀ ਚੋਣ ਵਧੀਆ ਤਰੀਕੇ ਦੇ ਨਾਲ ਜਿਹੜੀ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਬਹੁਤ ਅਮਨ ਸ਼ਾਂਤੀ ਨਾਲ ਚੜ੍ਹਦੀ ਕਲਾ ਦੇ ਵਿੱਚ ਜਿਹੜਾ ਹੈ ਗੁਰੂ ਸਾਹਿਬ ਦਾ 550 ਸਾਲ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। 3 ਸ਼ਤਾਬਦੀ ਅਗਲੇ ਸਾਲ ਦੇ ਵਿੱਚ ਹੋਰ ਆ ਰਹੀ ਹੈ ਸੇਵਾ ਮਿਲਦੀ ਅਤੇ ਕਿਹੜੇ ਤਰੀਕੇ ਨਾਲ ਨਿਭਾਈਆਂ ਜਾਣਗੀਆਂ ਕਿਉਂਕਿ ਉਹ ਹਫ਼ਤੇ ਦੇ ਵਿੱਚ ਹੀ 3 ਸ਼ਤਾਬਦੀਆਂ ਨੇ। ਬਿਲਕੁਲ ਜੀ, ਜਿਸ ਤਰ੍ਹਾਂ ਦੀ ਆਹ ਸ਼ਤਾਬਦੀ ਵਿੱਚ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ, ਸਾਰੇ ਮੈਂਬਰ ਸ਼੍ਰੋਮਣੀ ਕਮੇਟੀਆਂ ਨੇ, ਸਾਡੇ ਇੱਕ ਸੇਵਾਦਾਰ ਤੋਂ ਲੈ ਕੇ ਚੀਫ ਸਕੱਤਰ ਤੱਕ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਔਰ ਸਾਰਿਆਂ ਦੀ ਮਿਹਨਤ ਸਦਕਾ ਜਿਹੜੀ ਹੈ ਇਹ ਸ਼ਤਾਬਦੀ ਇਹ ਮਨਾਈ ਗਈ ਹੈ ਔਰ ਜਿਸ ਸ਼ਤਾਬਦੀ ਦੀ ਸਾਰੇ ਬੜੀ ਚਰਚਾ ਵੀ ਹੋਈ ਹੈ, ਸਾਰਿਆਂ ਨੇ ਸ਼ਲਾਘਾ ਵੀ ਜਿਹੜੀ ਹੈ ਸਾਰੇ ਪ੍ਰਬੰਧਾਂ ਦੀ ਕੀਤੀ ਗਈ ਹੈ। ਇਸ ਨੂੰ ਅਸੀਂ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਕਿਰਪਾ ਹੀ ਸਮਝਦੇ ਹਾਂ ਕਿ ਉਹਨੇ ਕਿਰਪਾ ਕਰਕੇ ਸਾਰਾ ਕੁਝ ਆਪ ਹੀ ਕਰਵਾਇਆ ਹੈ। ਪ੍ਰਧਾਨ ਜੀ ਹੈਟ੍ਰਿਕ ਹੋ ਸਕਦੀ ਹੈ ਜੀ ਤੁਹਾਡੀ? ਦੇਖੋ ਉਹ ਤੁਹਾਨੂੰ ਕੱਲ੍ਹ ਪਤਾ ਲੱਗੇਗਾ ਜੀ, ਆਪਣੇ ਤੁਹਾਨੂੰ ਮੈਂਬਰ ਸਾਹਿਬਾਨਾਂ ਨੇ ਜੋ ਕਰਨੀ ਹੈ ਗੁਰੂ ਰਾਮਦਾਸ ਜੀ ਅਤੇ ਕਿਰਪਾ ਹੋਊਗੀ ਸੇਵਾ ਆਪ ਹੀ ਲੈਣੀ ਹੈ। ਬਿਲਕੁਲ ਸੰਤੁਸ਼ਟ ਹਾਂ, ਧੰਨਵਾਦ ਸਾਰਿਆਂ ਵੀਰਾਂ ਦਾ। ਇਹ ਅਖਬਾਰਾਂ 'ਚ ਵੀ ਆ ਗਿਆ, ਚੀਫ ਸੈਕਟਰੀ ਵੱਲੋਂ ਸਾਰਾ ਕੁਝ ਦੇਵਤਾ ਸਾਈਡ ਦੇ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਨਾ ਜੇ ਕੋਈ ਸਮਾਂ ਦੇ।